ਦੇਸ਼ ਅਤੇ ਦੁਨੀਆ ਦੇ ਵਿੱਚ ਜਿੱਥੇ ਵਿਸਾਖੀ ਦਾ ਦਿਹਾੜਾ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਉੱਥੇ ਹੀ ਇਸ ਦਿਨ ਨੂੰ ਦਸਤਾਰ ਦਿਵਸ ਦੇ ਤੌਰ 'ਤੇ ਵੀ ਮਨਾਇਆ ਜਾਂਦਾ ਹੈ। ਅਗਰ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ, ਤਾਂ ਪਿਛਲੇ ਲੰਬੇ ਸਮੇਂ ਤੋਂ ਅਕਾਲ ਪੁਰਖ ਦੀ ਫੌਜ ਇੱਕ ਪ੍ਰਯਾਸ ਕਰ ਰਹੀ ਹੈ ਜਿੱਥੇ ਕਿ ਜਿਹੜੇ ਨੌਜਵਾਨ ਬੱਚੇ ਅਤੇ ਬੱਚੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰੇਰਿਤ ਕੀਤਾ ਜਾ ਰਿਹਾ ਕਿ ਉਹ ਦਸਤਾਰ ਦੇ ਨਾਲ ਜੁੜਨ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਦੀਆਂ ਨੇ, ਜਿੱਥੇ ਕਿ ਅੱਜ ਇੱਕ ਵਿਸ਼ੇਸ਼ ਪ੍ਰਯਾਸ ਜਿਹੜਾ ਸੰਸਥਾ ਵੱਲੋਂ ਕੀਤਾ ਗਿਆ ਹੈ, ਕਿਤੇ ਨਾ ਕਿਤੇ ਸਿੱਖੀ ਸਰੂਪ ਦੇ ਨਾਲ ਜੁੜਨ ਦਾ ਕੰਮ ਜਿਹੜਾ ਸੰਸਥਾ ਵੱਲੋਂ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਸੀ, ਲੇਕਿਨ ਇਸ ਵਾਰ ਕੋਰੋਨਾ ਵਾਇਰਸ ਦਾ ਕਿਤੇ ਨਾ ਕਿਤੇ ਜਿਹੜਾ ਇੱਕ ਡਰ ਸੀਗਾ ਜਾਂ ਇੱਕ ਖੌਫ, ਔਰ ਜਿਹਨੂੰ ਕਹੀਏ ਕਿ ਇੱਕ ਜਿਹੜੀ ਬਿਮਾਰੀ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਹੈ, ਉਹਨੂੰ ਲੈ ਕੇ ਨੌਜਵਾਨਾਂ ਨੂੰ ਜਿਹੜਾ ਹੈ ਘਰਾਂ ਦੇ ਵਿੱਚ ਹੀ ਜਾ ਕੇ ਇੱਕ ਪ੍ਰੇਰਿਤ ਕਰਨ ਦਾ ਕੰਮ ਜਿਹੜਾ ਕੀਤਾ ਜਾ ਰਿਹਾ, ਔਰ ਇਲਾਕੇ ਦੇ ਵਿੱਚ ਜਾ ਕੇ ਆਪਣੇ ਹੀ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਦਸਤਾਰ ਦੀ ਮਹੱਤਤਾ ਦੱਸੀ ਜਾ ਰਹੀ ਹੈ। ਅਕਾਲ ਪੁਰਖ ਕੀ ਫੌਜ ਵੱਲੋਂ ਇਹ ਜਿਹੜਾ ਪ੍ਰਯਾਸ ਕੀਤਾ ਜਾ ਰਿਹਾ, ਅਸੀਂ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਨੌਜਵਾਨ ਜਿਹੜੇ ਨੇ ਸਿੱਖੀ ਸਰੂਪ 'ਚ ਨੇ ਅਤੇ ਉਹਨਾਂ ਨੂੰ ਮਹੱਤਤਾ ਦੱਸੀ ਜਾ ਰਹੀ, ਨਾਲ ਹੀ ਨਾਲ ਜਿਹੜੇ ਛੋਟੇ ਬੱਚੇ ਨੇ, ਖਾਸ ਕਰਕੇ ਅਗਰ ਬਚਪਨ ਤੋਂ ਹੀ ਕੋਈ ਆਦਤ, ਚੰਗੀ ਆਦਤ ਉਹਨਾਂ ਪਾ ਦਿੱਤੀ ਜਾਵੇ ਤਾਂ ਭਵਿੱਖ ਵਿੱਚ ਵੀ ਚੱਲਦੀ ਹੈ, ਔਰ ਉਹਨਾਂ ਨੂੰ ਜਿਹੜਾ ਹੈ ਅੱਜ ਇੱਥੇ ਬੱਚਿਆਂ ਨੂੰ ਦਸਤਾਰ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਸਰਦਾਰ ਹਰਪ੍ਰੀਤ ਸਿੰਘ ਜੋ ਕਿ ਅਕਾਲ ਪੁਰਖ ਕੀ ਫੌਜ ਵੱਲੋਂ ਨੇ, ਉਹਨਾਂ ਵੱਲੋਂ ਇਹ ਪ੍ਰਯਾਸ ਕੀਤਾ ਗਿਆ ਤਾਂ ਕਿ ਉਹ ਆਪਣੇ ਇਲਾਕੇ ਦੇ ਬੱਚਿਆਂ ਨੂੰ ਹੀ ਪ੍ਰੇਰਿਤ ਕਰ ਸਕਣ, ਅਤੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਹਰਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਇਹ ਇੱਕ ਬੜਾ ਨਵੇਕਲਾ ਔਰ ਚੰਗਾ ਉਪਰਾਲਾ ਹੈ, ਅਸੀਂ ਚਾਹਾਂਗੇ ਤੁਸੀਂ ਥੋੜ੍ਹੀ ਜਿਹੀ ਸਾਨੂੰ ਮਹੱਤਤਾ ਦੱਸੋ ਕਿ ਦਸਤਾਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਦਸਤਾਰਾਂ ਜਿਹੜੀਆਂ ਨੇ ਬੰਨੀਆਂ ਜਾਂਦੀਆਂ ਨੇ, ਔਰ ਜਿਹਨੂੰ ਸਜਾ ਕੇ ਇੱਕ ਸਿੱਖੀ ਸਰੂਪ ਦਾ ਜਿਹੜਾ ਇੱਕ ਸੰਦੇਸ਼ ਦਿੱਤਾ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਤਾਰ ਜਿਹੜੀ ਕਿ ਗੁਰੂ ਸਾਹਿਬ ਵੱਲੋਂ ਬਹੁਤ ਹੀ ਬਖਸ਼ਿਸ਼ ਕੀਤੀ ਹੋਈ ਚੀਜ਼ ਹੈ ਸਾਰੇ ਹੀ ਸਿੱਖ ਵੀਰਾਂ ਭੈਣਾਂ ਵਾਸਤੇ। ਇੱਥੇ ਦਸਤਾਰ ਜਿਹੜੀ ਹੈ ਅੱਜ ਦੀ ਡੇਟ ਦੇ ਵਿੱਚ ਜਿਵੇਂ ਬਹੁਤ ਹੀ ਨਵੇਕਲੇ ਸਟਾਈਲ ਆ ਗਏ ਨੇ, ਨਵੇਂ ਨਵੇਂ ਸਟਾਈਲਸ ਆ ਗਏ ਨੇ, ਫੈਸ਼ਨ ਦੀ ਦੁਨੀਆ ਹੋ ਗਈ ਹੈ, ਉੱਥੇ ਧਰਮ ਦੇ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੈਗਾ। ਅਤੇ ਅਸੀਂ ਇਹ ਉਪਰਾਲਾ ਕਰ ਰਹੇ ਕਿ ਬੱਚਿਆਂ ਨੂੰ ਵੱਖਰੇ ਵੱਖਰੇ ਸਟਾਈਲਸ ਦੀ ਪੱਗ ਜਿਹੜੀ ਉਹ ਬੰਨ੍ਹਣੀ ਸਿਖਾਈਏ, ਜਿਵੇਂ ਵੀਰ ਦੁਮਾਲਾ ਸਜਾ ਰਿਹਾ ਹੈ, ਇੱਥੇ ਵੀ ਵੀਰ ਨੂੰ ਇੱਕ ਵੱਖਰੇ ਸਟਾਈਲ ਦੀ ਪੱਗ ਸਜਾਈ ਜਾਂਦੀ ਹੈ। ਇਹ ਸਭ ਤੋਂ ਪਹਿਲਾਂ ਅਸੀਂ ਇੱਕ ਇੱਕ ਕਰਕੇ ਗੱਲ ਕਰਾਂਗੇ ਕਿ ਇਹ ਜਿਹੜਾ ਤੁਸੀਂ ਬੱਚੇ ਨੂੰ ਦਿਖਾ ਰਹੇ, ਇਹ ਕੀ ਪੱਗ ਨੂੰ ਕਿਹਾ ਜਾਂਦਾ ਹੈ? ਦਸਤਾਰ ਇਹਨਾਂ ਨੂੰ ਅੰਮ੍ਰਿਤਸਰ ਸ਼ਾਹੀ, ਜਿਵੇਂ ਅੰਮ੍ਰਿਤਸਰ ਦਾ ਇੱਕ ਵੱਖਰਾ ਸਟਾਈਲ ਹੈ, ਉਹ ਅਸੀਂ ਸਿਖਾ ਰਹੇ ਹਾਂ ਬੱਚਿਆਂ ਨੂੰ। ਅੱਜ ਕੱਲ੍ਹ ਬੱਚਿਆਂ 'ਚ ਟ੍ਰੈਂਡ ਹੈ ਕਿ ਪਟਿਆਲਾ ਸ਼ਾਹੀ ਦਸਤਾਰ ਸਿੱਖਣੀ ਹੈ, ਵੱਟਾਂ ਵਾਲੀ ਪੱਗ ਸਿੱਖਣੀ ਹੈ, ਅਤੇ ਜਿਵੇਂ ਜਿਵੇਂ ਫੇਸ ਦੇ ਉੱਪਰ ਜੋ ਸਟਾਈਲ ਅੱਛਾ ਲੱਗਦਾ ਹੈ ਜਿਸ ਬੱਚੇ ਦੇ ਜਾਂ ਜਿਸ ਵੀ ਵੀਰ ਭੈਣ ਦੇ, ਉਹ ਅਸੀਂ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਜਿਹੜੀ ਹੈ ਇਹ ਕੀ ਹੈ ਜੀ, ਇਹਦੇ ਬਾਰੇ? ਇਹ ਅਸੀਂ ਅੰਮ੍ਰਿਤਸਰ ਸ਼ਾਹੀ ਪੱਗ ਜਿਹੜੀ ਹੈ ਉਹ ਸਜਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ, ਅਤੇ ਬੱਚਿਆਂ ਨੂੰ ਸਿਖਾ ਰਹੇ ਕਿ ਕਿਵੇਂ ਉਹ ਇਹਨੂੰ ਹੋਰ ਵੀ ਵਧੀਆ ਤਰੀਕੇ ਨਾਲ ਸਜਾ ਸਕਦੇ ਆ ਖੁਦ, ਅਤੇ ਨਾਲ ਟ੍ਰੇਨਿੰਗਸ ਦੇ ਰਹੇ ਹਾਂ ਨਾਲ। ਜਿਹੜੀ ਅੰਮ੍ਰਿਤਸਰੀ ਸ਼ਾਹੀ ਪੱਗ ਜਿਹੜੀ ਦੱਸੀ, ਉਹਦੀ ਕੀ ਵਿਸ਼ੇਸ਼ਤਾ ਹੁੰਦੀ ਹੈ, ਜਰਾ ਸਾਨੂੰ ਦੱਸੋ? ਵਿਸ਼ੇਸ਼ਤਾ ਹੈ ਜੀ, ਥੋੜ੍ਹਾ ਜਿਹਾ ਫ੍ਰੀ ਸਟਾਈਲ ਹੁੰਦਾ ਟਰਬਨ ਦਾ, ਬਹੁਤੀ ਮਤਲਬ ਪੋਚਵੀ ਪੱਗ ਨਹੀਂ ਹੁੰਦੀ, ਵੱਟਾਂ ਵਾਲੀ ਪੱਗ ਹੁੰਦੀ ਹੈ, ਅਤੇ ਇੱਕ ਇੱਕ ਸੈੱਟ ਪੈਟਰਨ ਬਣ ਜਾਂਦਾ ਹੈ ਪੱਗ ਦਾ, ਅਤੇ ਉਸ ਤਰੀਕੇ ਨਾਲ ਪ੍ਰਚਲਿਤ ਹੋ ਗਿਆ ਇੱਕ ਇਹੋ ਜਿਹਾ ਪੈਟਰਨ। ਅਸੀਂ ਚਾਹਾਂਗੇ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਅੰਮ੍ਰਿਤਸਰ ਸ਼ਾਹੀ ਪੱਗ ਜਿਹੜੀ ਹੈ ਉਹ ਇੱਥੇ ਇੱਕ ਸਜਾਈ ਜਾ ਰਹੀ ਹੈ ਨੌਜਵਾਨ ਦੇ ਉੱਤੇ, ਅਤੇ ਇਸ ਦੇ ਨਾਲ ਨਾਲ ਇੱਕ ਹੋਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਜਿਹੜਾ ਹੈ ਦਸਤਾਰ ਬੰਨਣ ਦਾ ਕੰਮ ਜਿਹੜਾ ਇੱਥੇ ਕੀਤਾ ਜਾ ਰਿਹਾ, ਨੌਜਵਾਨ ਦਸਤਾਰ ਸਜਾ ਰਿਹਾ ਹੈ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਸਰ, ਕੀ ਇੱਥੇ ਜਿਹੜਾ ਹੈ ਜਿਹੜਾ ਕੀਤਾ ਜਾ ਰਿਹਾ ਜੀ? ਇਹ ਜੀ, ਛੋਟੇ ਵੀਰ ਨੂੰ ਅਸੀਂ ਵੱਟਾਂ ਵਾਲੀ ਪੱਗ ਜਿਹੜੀ ਆ ਪਟਿਆਲਾ ਸ਼ਾਹੀ ਸਟਾਈਲ 'ਚ ਵੱਟਾਂ ਵਾਲੀ ਪੱਗ ਬੰਨਣੀ ਸਿਖਾ ਰਹੇ ਹਾਂ, ਅਤੇ ਇਹ ਕੁਛ ਤੁਸੀਂ ਕਹਿ ਲਓ ਕਿ ਅੰਮ੍ਰਿਤਸਰ ਸ਼ਾਹੀ ਤੋਂ ਤੁਸੀਂ ਜਿਵੇਂ ਦੇਖਿਆ ਕਿ ਛੋਟੇ ਵੀਰ ਨੂੰ ਬੰਨ ਰਹੇ ਸੀਗੇ, ਉਸ ਤੋਂ ਥੋੜ੍ਹੀ ਹਟ ਕੇ ਆ। ਪਟਿਆਲਾ ਸ਼ਾਹੀ ਪੱਗ 'ਚ ਕੀ ਹੁੰਦਾ ਕਿ ਲੜ ਜਿਹੜੇ ਨੇ ਦੋਨੋਂ ਸਾਈਡ ਤੋਂ ਨਜ਼ਰ ਆਉਂਦੇ ਨੇ, ਕਿ ਜਿਹੜਾ ਅਸੀਂ ਲੜ ਹੁਣ ਇੱਧਰੋਂ ਰੱਖ ਰਹੇ ਹਾਂ ਉਹ ਇੱਧਰੋਂ ਵੀ ਨਜ਼ਰ ਆਏਗਾ ਅਤੇ ਦੂਸਰੇ ਬੰਨੋਂ ਵੀ ਨਜ਼ਰ ਆਏਗਾ। ਇਹਨੂੰ ਦੋ ਸਟਾਈਲ 'ਚ ਬੰਨ ਸਕਦੇ ਹਾਂ ਅਸੀਂ, ਇੱਕ ਇਹਨੂੰ ਅਸੀਂ ਬੰਨ ਸਕਦੇ ਹਾਂ ਪੂੰਛ ਵੀ, ਕਿ ਜਿਹੜੇ ਦੂਜੇ ਬੰਨਿਓ ਵੀ ਪੱਲੇ ਨਜ਼ਰ ਆਉਣ, ਲੜ ਨਜ਼ਰ ਆਉਣ, ਅਤੇ ਇੱਧਰਲੇ ਬੰਨਿਓ ਵੀ ਜਿਹੜੇ ਨਾਲ ਇਹਦੇ ਆ ਕਿ ਵੱਟਾਂ ਵਾਲੀ ਵੀ ਇਹਨੂੰ ਬਣਾ ਸਕਦੇ। ਅਸੀਂ ਆਪਣੇ ਕੈਮਰਾਮੈਨ ਨੂੰ ਕਹਾਂਗੇ ਪਹਿਲੇ ਇਹ ਦਿਖਾਉਣ ਜਿਹੜਾ ਕਿ ਜਿਹਦੇ ਪੱਗ ਦੇ ਬਾਰੇ ਜਿਹੜਾ ਵਰਣਨ ਕੀਤਾ ਜਾ ਰਿਹਾ ਹੈ। ਅਤੇ ਸਰ, ਇਹ ਕਿਸ ਤਰ੍ਹਾਂ ਇਹ ਇਹ ਵੱਟਾਂ ਵਾਲੀ ਪੱਗ ਆ, ਇਹਨੂੰ ਅਸੀਂ ਵੱਟਾਂ ਵਾਲੀ ਪੱਗ ਅਤੇ ਨਾਲ ਪਟਿਆਲਾ ਸ਼ਾਹੀ ਪੱਗ ਵੀ ਕਹਿ ਸਕਦੇ ਹਾਂ, ਕਿ ਦੋਨੋਂ ਪੱਗਾਂ ਜਿਹੜੀਆਂ ਨੇ ਜੀ 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 ਇਹ ਬਿਲਕੁਲ ਜੀ ਅੰਮ੍ਰਿਤਸਰ ਸ਼ਾਹੀ ਪੱਗ ਤੋਂ ਹਟ ਕੇ ਆ ਥੋੜ੍ਹੀ, ਜਿਹੜੀ ਤੁਸੀਂ ਦੇਖਿਆ ਸੀਗੀ ਉਹ ਛੋਟੇ ਵੀਰ ਨੂੰ ਬੰਨ ਰਹੇ ਸੀਗੇ, ਠੀਕ ਹੈ ਜੀ। ਇਹਨੂੰ ਅਸੀਂ ਪਟਿਆਲਾ ਸ਼ਾਹੀ ਪੱਗ ਅਤੇ ਜਾਂ ਇਹਨੂੰ ਅਸੀਂ ਵੱਟਾਂ ਵਾਲੀ ਪੱਗ ਵੀ ਕਹਿ ਸਕਦੇ ਹਾਂ, ਠੀਕ ਹੈ। ਅਤੇ ਇਹਦੀ ਵਿਸ਼ੇਸ਼ਤਾ ਇਹ ਹੈ ਜੀ ਕਿ ਪਟਿਆਲਾ ਸ਼ਾਹੀ ਪੱਗ 'ਚ ਕੀ ਹੁੰਦਾ ਕਿ ਲੜ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡ ਤੋਂ ਨਜ਼ਰ ਆਉਂਦੇ ਨੇ, ਠੀਕ ਹੈ ਜੀ। ਇੱਧਰਲੇ ਬੰਨਿਓ ਵੀ ਨਜ਼ਰ ਆਉਣਗੇ, ਇੱਧਰਲੇ ਬੰਨਿਓ ਵੀ ਨਜ਼ਰ ਆਉਣਗੇ ਜੀ, ਠੀਕ ਹੈ ਜੀ। ਇਹਨੂੰ ਅਸੀਂ ਵੀਰ ਨੂੰ ਪੰਜ ਲੜਾਂ ਵਾਲੀ ਪੱਗ ਬੰਨੀ ਹੈ। ਇਹ ਆਪਣੇ 'ਤੇ ਡਿਪੈਂਡ ਕਰਦਾ ਕਿ ਹਾਈਟ ਦੇ ਹਿਸਾਬ ਦੇ ਨਾਲ, ਏਜ ਦੇ ਹਿਸਾਬ ਦੇ ਨਾਲ, ਫੇਸ ਦੀ ਗਰੋਥ ਦੇ ਹਿਸਾਬ ਦੇ ਨਾਲ ਅਸੀਂ ਪੱਗ ਕਿੰਨੇ ਲੜਾਂ ਦੀ ਰੱਖਣੀ ਹੈ,
कोई पांच पल्लियां दी बंदा, कोई छे पल्लियां दी बंदा, ठीक है। हर किसी की अपनी एक फेस की ग्रोथ के हिसाब न होंगे कि किनू कि पग जचती है, किन्ने मीटर की जचती है, उस हिसाब न पग जी बन सकता। हूँ अजय जिमें वीर छोटा है, थोड़ा अजय की उम्र 16-17 साल है, तो इन पांच लड़ा वाली ही जचेगी। मैं जिमें 16-6 लड़ा वाली पग बनता तो वह फर्क हो जाता। हर किसी का अपना एक हरप्रीत जी इन्होंने को दोबारा आवेंगे। हरप्रीत जी जी नवे स्टाइल नाल क्योंकि समय के मुताबिक बदलना जरूरी है, असं चाहेंगे कि यदि पग तो थोड़ी पग च की फर्क है। देखो जी वैसे मेरा बेटा है तो इन्हों मैं सिखा भी रहा, तो अजकल तुम देखा होगा कि मैचिंग का बहुत ट्रेंड है कि शर्ट के नाल दुमाला बन रहा है, क्योंकि दुमाला जोड़ा है सब तो ज़्यादा जोड़ा है जिन्हों कहा जाता है कि एक स्टाइलिश होंगे और बहुत घट लोग जोड़े ने दुमाले का इस्तेमाल करते हैं। ये बारे असं चाहोंगे अगर तुम टीवी के माध्यम लोगों दस सको कि है दुमाला जोड़ा है गुरु साहब वालों बख्शिश की हुई एक बहुत ही वधिया दात हैगी है। जदों गुरु साहब वेले जदों जंगा का वेला हों तो निहंगी बाणा हुंदा सीगा तो वह दुमाला जिहड़ा बहुत प्रचलित होया, और आज की डेट के बहुत जिहड़े नौजवान वीर भैन ने उन्होंने दुमाला सजाना बहुत पसंद है। कितना ना कितना एक स्टाइल स्टेटमेंट भी बनती जा रही है और परसनैलिटी भी बहुत उभर के आती है। अच्छी गल है, रुझान है कि अपने विरसे नाल जुड़े हुए ने और अपनी विरासत नू संभाल रहे ने। दुमाला तो पग दे विच बनन च किन्ना क मुश्किल जड़ा हुंदा है, मतलब पग बननी सौखी कि दुमाला बनना सौखा? देखो जी दोनों ही बहुत सौखे ने, सिर्फ प्रैक्टिस की गल है। और सब तो वड़ी गल है जिहड़ी चीज़ तुहानू ज़्यादा पसंद है, थोड़ा इंट्रस्ट किहदे विच हैगा, तो जिहड़ी चीज़ तुहानू चंगी लगती है वो तुसीं आसानी नाल सीख लैंदे हो। दस्तारां सजाण लग्गिआं भी कोई बहुत ज़्यादा समां नहीं लगता। साडे ट्रेनर्स जिहड़े ने जदों बच्चिआं नू दस्तार सिखांदे ने तो विद इन फ्यू डेज़ ही जिहड़ा है, मतलब हफ्ते के 10 दिन के बच्चे जिहड़ा दस्तार सजाना सीख जाते हैं। तो दुमाले दे विश्वी मैंने लगता है कि इस तरह ही मेरा बेटे ने सीखा सीगा, इन्हें दुमाला 3 दिनों के इन्हें दुमाला सीख लिया, उन्होंने बहुत शौक है दुमाला सजाने का। तो इस करके रुझान की गल है कि की तुम सजाना चाहते हो। वायरस करके की दिक्कत आई है जी? करोना वायरस करके असी यह उपराला जिहड़ा असी हर साल करते हैं सिख दस्तार दिवस का, वैसे तो असी हर साल बहुत वड्डे पद्धर से इनू मनाते हैं, विश्व पद्धर से भी हुंदा है, पर चूंकि यह जिहड़ा करोना वायरस करके असी ज़्यादा मूव नहीं कर सकते, घर रहन दा जिहड़ा आदेश साडे नूं दिता गया है, तो असी अपने विरसे नाल तां वी जुड़े रहना, तो असी अपने घरों घर ही यह चीज़ थोड़ा बड़ा उपराला करके कर रहे हैं। तो फेसबुक के उपर असी सब नू रिक्वेस्ट की है कि अपने घर सोहनी दस्तार सजा के अपना टैग करके अकाल पुरख की फौज के नाल इनू जरूर और फेसबुक के उपर पोस्ट पान, ताकि विश्व भर के असी यह सुनेहा घर रह के भी दे पाइए कि सिख जिहड़ा वह दस्तार नाल कितना प्यार करता है। तो दस्तार जिहड़ी है वह एक बहुत ही रिस्पोंसिबल एहसास कराती है एक बंदे नू, सेफ्टी का भी, हाँ सेफ्टी का भी एहसास कराती है, कि ना कि एक अपनी जिम्मेदारी का भी एहसास कराती है कि गुरु साहब ने सानू यह दस्तार जो दिती है तो यह बहुत ही जिम्मेवारी वाला काम भी हैगा साडा, जिथे सानू समाज की संभाल भी करनी है, अपने विरसे की संभाल भी करनी है, तो लोगों को सही प्रेरणा भी देनी है कितने ना कि। हाँ जी, मानवता का भी प्रतीक जिहड़ा है वो झलक के आता है कि हर वेले तुसीं लोगों की मदद करन वास्ते खड़े रहना। तो गुरु साहब ने दस्तार इस करके दिती कि लखां दे विच ही पछाणिया जाए, तो यह विचार पैदा होना चाहिए कि दस्तार वाला सिख जिहड़ा मेरी मदद करेगा। तो असीं तुहानूं दिखा रहे हाँ अज एक तस्वीर जिहड़ी है, कितने ना कितने घरां च रह के भी कितने ना कितने दस्तार प्रति जागरूक करन दा काम किया जा रहा। नौजवान ने सारे और करोना वायरस करके कितना कितने अज नहीं मौका मिलिया कि वड्डे वड्डे आयोजन करके, लेकिन अज इन्हां वल्लों एक नवेकला प्रयास अते सिक्खी दे नाल जोड़न दा प्रयास जिहड़ा कीता गया है, जिहदे विच हर वर्ग दे लोकां नूं बच्चियां नूं जिहड़ा जोड़ के कितना कितने दस्तार प्रति प्रेरित किया जा रहा है। दस्तार दिवस की महानता बारे जानकारी दी जा रही है, जागरूक किया जा रहा है कि सोहनी सोहनी दस्तारा सजाओ जिस तरह समय के मुताबिक, जिस तरह पटियाला शाही अमृतशाही दस्तारा ने अमृतसारी ओदे नाल जिहड़ा है युवक अपने आप नूं होर सुंदर दिख सकता है। कैमरामैन अक्ष दे नाल सुमित खन्ना, जगबानी टीवी, अमृतसर।